ਦੀ ਹਾਲਤ 'ਚ ਅਸੀਂ ਇੱਕ ਧਾਰਮਿਕ ਘੱਟ ਗਿਣਤੀ ਬਣਦੇ ਹਾਂ। ਜਦੋਂ ਤੁਸੀਂ ਕੌਮ ਦੀ ਗੱਲ ਲੈ ਕੇ ਆਉਂਦੇ ਹੋ, ਫਿਰ ਅਗਲਾ ਕਹਿੰਦਾ ਜੇ ਹਿੰਦੂਆਂ ਨੇ ਹਿੰਦੁਸਤਾਨ ਬਣਾ ਲਿਆ, ਮੁਸਲਮਾਨਾਂ ਨੇ ਪਾਕਿਸਤਾਨ ਬਣਾ ਲਿਆ, ਫਿਰ ਸਿੱਖਾਂ ਨੂੰ ਖਾਲਿਸਤਾਨ ਦਾ ਹੱਕ ਕੋਈ ਕਿਉਂ ਨਹੀਂ? ਦੁਨੀਆ ਦਾ ਸਭ ਤੋਂ 5 ਰਾਜਾਂ 'ਚ ਵਧੀਆ ਰਾਜ ਗਿਣਿਆ ਜਾਂਦਾ। ਕਿਉਂ? ਕਿਉਂਕਿ ਉਦੋਂ ਜਿਹੜਾ ਸਿੱਖ ਫਲਸਫਾ ਸੀ ਉਹਦਾ ਇੱਕ ਆਧਾਰ ਤਿਆਰ ਹੋਇਆ ਹੋਇਆ ਸੀ, ਲਗਾਤਾਰ ਲੜਾਈਆਂ ਲੜੀਆਂ ਹੋਈਆਂ ਸੀ, ਲੋਕਾਂ ਦੇ ਮਨ 'ਚ ਰਮਿਆ ਹੋਇਆ ਸੀ ਵੀ ਯਾਰ ਸਿੱਖ ਕੀ ਹੁੰਦਾ, ਉਹਦਾ ਫਰਜ਼ ਕੀ ਹੁੰਦਾ। ਸਾਡਾ ਬੀਤਿਆ, ਵਰਤਮਾਨ ਅਤੇ ਭਵਿੱਖ ਆਪਸ ਦੇ ਵਿੱਚ ਜੁੜੇ ਹੁੰਦੇ ਨੇ। ਜੇ ਤੁਸੀਂ ਬੀਤੇ 'ਤੇ ਗੋਲੀ ਚਲਾਓਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਹੁੰਡੇਗਾ। ਸਾਡੇ ਨਾਲ ਐਂ ਕਰਤਾ, ਸਾਡੇ ਨਾਲ ਐਂ ਕਰਤਾ, ਸਾਡੇ ਨਾਲ ਐਂ ਕਰਤਾ, ਬਾਕੀ ਨਾਲ ਵੀ ਹੋਇਆ। ਅੱਜ ਦੱਖਣੀ ਰਾਜਾਂ 'ਚੋਂ ਉਹੀ ਜੀ ਆਵਾਜ਼ ਉੱਠ ਰਹੀ ਹੈ ਜਿਹੜੀ ਲਈ ਅਸੀਂ ਸੰਘਰਸ਼ ਲੜੇ ਆ। ਪੰਜਾਬ ਨੂੰ ਇੱਕ ਪ੍ਰਯੋਗਸ਼ਾਲਾ ਵਜੋਂ ਵਰਤਿਆ ਜਾ ਰਿਹਾ ਲਗਾਤਾਰ। ਪਰ ਕੀ ਇਹ ਕਾਨੂੰਨ ਸਿੱਖ ਫਲਸਫੇ ਦੇ ਅਨੁਸਾਰ ਹੀ ਬਣਾਏ ਗਏ ਨੇ? ਅਸੀਂ ਸਿੱਖ ਫਲਸਫੇ ਦੇ ਅਨੁਸਾਰ ਸਾਡੇ ਕਿਰਦਾਰ ਵਿਹਾਰ ਅਤੇ ਅਮਲ ਨੂੰ ਜਾਇਜ਼ ਠਹਿਰਾਉਣ ਦੀ ਤਾਂ ਫਿਰ ਕਾਨੂੰਨ ਦਾ ਸਹਾਰਾ ਲੈਣ ਲੱਗ ਜਾਂਦੇ ਹਾਂ। ਸਾਰੇ ਸੱਜਣੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਲੁਜ ਮਿਸਲ ਨੂੰ ਮੈਂ ਜ਼ਿਆਦਾ ਨਹੀਂ ਜਾਣਦਾ, ਇਹਨਾਂ ਦੇ ਆਗੂਆਂ ਨਾਲ ਮੇਰਾ ਵਾਹ ਵਾਸਤਾ ਕਾਫੀ ਲੰਮੇ ਸਮੇਂ ਤੋਂ ਰਿਹਾ, ਵਿਚਾਰ ਤਕਰਾਰ ਸੰਵਾਦ ਵੀ ਹੁੰਦਾ ਰਿਹਾ। ਇਸੇ ਕਰਕੇ ਜੋ ਇਹਨਾਂ ਨੇ ਮੈਨੂੰ ਖਰੜਾ ਦਿੱਤਾ ਸੀ ਮੈਂ ਉਹ ਪੜ੍ਹਿਆ ਸੀ, ਸੋਚਿਆ ਵਿਚਾਰਿਆ ਸੀ। ਪਰ ਮੈਂ ਸੋਚਦਾ ਸੀ ਕਿ ਹੋਰ ਜੇ ਬੰਦੇ ਕੁਝ ਪਹਿਲਾਂ ਬੋਲ ਲੈਣ, ਕਾਫੀ ਕੁਝ ਮੈਨੂੰ ਸਮਝ ਆ ਜੇ ਵੀ ਮਸਲਾ ਕੀ ਆ, ਮੁੱਦਾ ਕੀ ਆ, ਤਾਂ ਮੈਂ ਉਹ 'ਤੇ ਵੀ ਗੱਲ ਕਰ ਸਕਦਾ। ਪਰ ਜੋ ਮੈਨੂੰ ਕਿਹਾ ਬਰਾੜ ਸਾਹਿਬ ਨੇ ਉਹਦੇ ਪ੍ਰਸੰਗ 'ਚ, ਮੈਂ ਜੋ ਆ ਖਰੜਾ ਮੇਰੇ ਕੋਲ ਆਇਆ ਇਹਦੇ ਆਧਾਰ 'ਤੇ ਮੇਰੇ ਜਿਹੜੇ 2-3 ਵਿਚਾਰ ਬਣੇ ਨੇ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਦਾ। ਪਹਿਲੀ ਗੱਲ ਤਾਂ ਇਹ ਹੁੰਦੀ ਆ, ਹਰ ਇੱਕ ਗੱਲ ਦਾ ਜਿਹੜਾ ਅਰਥ ਹੁੰਦਾ ਨਾ ਉਹਦੇ ਪ੍ਰਸੰਗ ਦੇ ਵਿੱਚ ਹੁੰਦਾ, ਜਿਹਨੂੰ ਅੰਗਰੇਜ਼ੀ 'ਚ ਕੰਟੈਕਸਟ ਸ਼ਬਦ ਕਹਿੰਦੇ ਆਪਾਂ। ਖਾਲਸਾ ਪੰਥ ਦਾ ਇਤਿਹਾਸ ਆ ਜਿਹੜਾ ਕੋਈ ਬੜਾ ਲੰਬਾ ਨਹੀਂ ਜੇ ਆਪਾਂ ਉਸ ਪੱਖੋਂ ਦੇਖੀਏ, ਆਲੇ ਦੁਆਲੇ ਨਿਗਾਹ ਮਾਰ ਕੇ, ਪਰ ਉਹਦੇ ਬਾਰੇ ਅਸੀਂ ਬਹੁਤ ਚੰਗੀ ਤਰ੍ਹਾਂ ਜਾਣੂ ਹਾਂ। ਜਿਹੜੇ ਵੇਲੇ ਜਿਹੜੀ ਗੱਲ ਵਾਪਰੀ ਉਹਦਾ ਅਰਥ ਉਸ ਹਾਲਤ 'ਚ ਬਣਦਾ ਸੀ। ਇੱਕ ਵਾਰ ਬਹਿਸ ਕਰਦੇ ਕਰਦੇ ਕਿਸੇ ਸੱਜਣ ਨੇ ਮੈਨੂੰ ਕਿਹਾ, ਤੁਸੀਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਬੜੀ ਗੱਲ ਕਰਦੇ ਹੋ, ਕਦੇ ਗੁਰੂ ਗੋਬਿੰਦ ਸਿੰਘ ਦੇ ਫਲਸਫੇ ਦੀ ਵੀ ਗੱਲ ਕਰਿਆ ਕਰੋ। ਮੈਂ ਕਿਹਾ ਦੇਖੋ, ਮੈਂ ਧਰਮ ਦੇ ਖੇਤਰ ਦਾ ਵਿਦਿਆਰਥੀ ਨਹੀਂ, ਸਿਆਸੀ ਕਾਰਕੁਨ ਹਾਂ, ਪਰ ਅੱਜ ਮੈਨੂੰ ਪਹਿਲੀ ਵਾਰ ਤੁਸੀਂ ਇਹ ਸਵਾਲ ਉਠਾਇਆ, ਗੁਰੂ ਨਾਨਕ ਦਾ ਫਲਸਫਾ ਹੋਰ ਸੀ ਅਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਫਲਸਫਾ ਹੋਰ ਸੀ। ਚੰਗਾ ਹੋਵੇ ਜੇ ਤੁਸੀਂ ਪਹਿਲਾਂ ਮੈਨੂੰ ਦੱਸ ਦਿਓ ਵੀ ਇਹ ਦੋਵੇਂ ਫਲਸਫੇ ਕੀ ਸੀ, ਫਰਕ ਕੀ ਸੀ। ਉਦੋਂ ਬਾਅਦ ਅੱਜ ਤੱਕ ਕਿਤੇ ਦਰਸ਼ਨ ਨਹੀਂ ਹੋਏ, ਨਾ ਕਿਤੇ ਗੱਲਬਾਤ ਹੋਈ ਹੈ ਉਹਨਾਂ ਨਾਲ। ਇਹ ਠੀਕ ਆ, ਬਾਰ ਬਾਰ ਮੈਂ ਹਰ ਥਾਂ 'ਤੇ ਕਹਿਣਾ ਹੁੰਦਾ ਕਿ ਸਾਡਾ ਬੀਤਿਆ, ਵਰਤਮਾਨ ਅਤੇ ਭਵਿੱਖ ਆਪਸ ਦੇ ਵਿੱਚ ਜੁੜੇ ਹੁੰਦੇ ਨੇ। ਜੇ ਤੁਸੀਂ ਬੀਤੇ 'ਤੇ ਗੋਲੀ ਚਲਾਓਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਹੁੰਡੇਗਾ। ਇਹਦਾ ਮਤਲਬ ਇਹ ਆ, ਅਸੀਂ ਬੀਤੇ ਤੋਂ ਸਬਕ ਲੈਣੇ ਹੁੰਦੇ ਨੇ, ਪ੍ਰੇਰਨਾ ਲੈਣੀ ਹੁੰਦੀ ਆ, ਉਹਦੇ ਅਨੁਸਾਰ ਅੱਜ ਕਿੱਥੇ ਖੜ੍ਹੇ ਹਾਂ ਉਹਨੂੰ ਵਿਚਾਰਨਾ ਹੁੰਦਾ, ਅਤੇ ਅੱਜ ਉੱਥੇ ਖੜ੍ਹੇ ਹਾਂ ਤਾਂ ਉਸੇ ਫਲਸਫੇ ਦੇ ਅਨੁਸਾਰ ਸਾਡੇ ਅੱਗੇ ਮੰਤਵ ਕੀ ਨੇ, ਟੀਚੇ ਕੀ ਨੇ, ਉਹ ਅਸੀਂ ਤੈਅ ਕਰਨੇ ਹੁੰਦੇ ਆ ਅਤੇ ਉੱਧਰ ਨੂੰ ਤੁਰਨਾ ਹੁੰਦਾ। ਕਿਉਂਕਿ ਸਹੀ ਵਿਚਾਰਾਂ ਦੀ ਰੋਸ਼ਨੀ ਤੋਂ ਬਿਨਾਂ ਅਮਲ ਹਨੇਰੇ 'ਚ ਟੱਕਰਾਂ ਮਾਰਨਾ ਹੁੰਦਾ।
ਵਿਚਾਰ ਉਦੋਂ ਤੱਕ ਤਾਕਤ ਨਹੀਂ ਬਣਦੇ ਜਦੋਂ ਤੱਕ ਉਹਨਾਂ ਨੂੰ ਸਮਾਜ ਦੇ ਵਿੱਚ, ਆਰਥਿਕਤਾ ਵਿੱਚ, ਸਿਆਸਤ ਦੇ ਵਿੱਚ ਅਨੁਵਾਦ ਕਰਨ ਵਾਲੀ ਕੋਈ ਜਥੇਬੰਦੀ ਨਾ ਹੋਵੇ। ਅੱਜ ਦੀ ਹਾਲਤ 'ਚ ਬਹੁਤ ਵੱਡਾ ਖੰਡਾ ਦੁਨੀਆ ਭਰ ਵਿੱਚ ਵੀ ਆ ਪਰ ਪੰਜਾਬ 'ਚ ਬਹੁਤ ਜ਼ਿਆਦਾ ਆ, ਕਿਉਂਕਿ ਪੰਜਾਬ ਨੂੰ ਇੱਕ ਪ੍ਰਯੋਗਸ਼ਾਲਾ ਵਜੋਂ ਵਰਤਿਆ ਜਾ ਰਿਹਾ ਲਗਾਤਾਰ ਅਤੇ ਇੱਕ ਨੀਤੀ ਲਾਗੂ ਕੀਤੀ ਜਾ ਰਹੀ ਆ, ਵੱਧ ਤੋਂ ਵੱਧ ਘਚੋਲਾ ਪੈਦਾ ਕਰੋ ਟੂ ਕ੍ਰੀਏਟ ਮੋਰ ਐਂਡ ਮੋਰ ਕਨਫਿਊਜ਼ਨ। ਕਿਉਂਕਿ ਉਹਨਾਂ ਨੂੰ ਇਹ ਪਤਾ ਕਿ ਇਸ ਧਰਤੀ ਦਾ ਜਿਹੜਾ ਫਲਸਫਾ, ਇੱਥੋਂ ਦੇ ਜਿਹੜੇ ਜਾਏ ਨੇ, ਜਦੋਂ ਉਹਨਾਂ ਦਾ ਇੱਕ ਵਿਚਾਰ ਨਿਤਰ ਆਵੇ, ਉਹਨਾਂ ਦਾ ਮਨ ਬਣ ਜੇ ਅਤੇ ਉਹਦੇ ਵਿੱਚ ਅੱਗੇ ਵਧਣ ਤਾਂ ਉਹਦੀ ਧੱਕ ਬਹੁਤ ਵੱਡੀ ਆ। ਜੇ ਆਪਾਂ ਕਹਿੰਦੇ ਹਾਂ ਨਾ ਜੀ ਅਸੀਂ ਉਦੋਂ ਐਂ ਕੀਤਾ ਮਹਾਰਾਜਾ ਰਣਜੀਤ ਸਿੰਘ ਵੇਲੇ ਸਾਡਾ ਰਾਜ ਇਹ ਸੀ, ਅੰਗਰੇਜ਼ਾਂ ਦੇ ਖਿਲਾਫ ਅਸੀਂ ਐਂ ਲੜਾਈਆਂ ਲੜੀਆਂ, ਮੁਲਕ 'ਤੇ ਹਮਲੇ ਹੋਏ, ਅਸੀਂ ਐਂ ਕੁਰਬਾਨੀਆਂ ਕੀਤੀਆਂ, ਭੁੱਖੇ ਮੁਲਕ ਦਾ ਢਿੱਡ ਅਸੀਂ ਐਂ ਭਰਿਆ, ਉਹਨਾਂ ਨੂੰ ਵੀ ਪਤਾ ਨਾ ਵੀ ਜੇ ਇਹ ਆਪਣੇ ਫਲਸਫੇ ਅਨੁਸਾਰ ਮਨੁੱਖ ਦੀ ਆਜ਼ਾਦੀ, ਬਰਾਬਰੀ ਅਤੇ ਭਾਈਚਾਰਕ ਸਾਂਝ ਵਾਲੇ ਪਾਸੇ ਤੁਰ ਪਏ ਤਾਂ ਇਹਨਾਂ ਦੀ ਧੱਕ ਬਹੁਤ ਵੱਡੀ ਆ ਅਤੇ ਉਹਦੇ ਅਸਰ ਆਪਾਂ ਕਿਸਾਨ ਅੰਦੋਲਨ ਦੇ ਵਿੱਚ ਵੇਖੇ ਨੇ। ਚਲੋ ਇਹ ਵੱਖਰੀ ਗੱਲ ਆ ਕਿ ਉਹ ਵਰਤਾਂਤ, ਉਹਦੀ ਜਿੱਤ ਦਾ ਵਰਤਾਂਤ ਆ ਜਿਹੜਾ ਫੇਰ ਮੁੜ ਕੇ ਖਿੰਡ ਗਿਆ। ਇਹ ਕਹਾਣੀ ਮੈਂ ਇਸ ਕਰਕੇ ਪਾਈ ਆ ਵੀ ਜਿਹੜੀ ਤੁਸੀਂ ਗੱਲ ਪੰਜਾਬ ਦੀ ਅਤੇ ਗੱਲ ਪੰਥ ਦੀ ਕੀਤੀ ਆ, ਇਹ ਤੁਸੀਂ ਸਾਡੇ ਆਲੇ ਦੁਆਲੇ ਦੇ ਪ੍ਰਸੰਗ ਨਾਲੋਂ ਤੋੜ ਕੇ ਕੀਤੀ ਹੋਈ ਆ। 1947 ਤੋਂ ਪਹਿਲਾਂ ਅਸੀਂ ਇੱਕ ਹੋਰ ਹਾਲਤ 'ਚ ਸੀ, ਉਦੋਂ ਜੋ ਭਾਣਾ ਵਾਪਰਿਆ, ਮੁਲਕ ਦੀ ਵੰਡ ਹੋਈ, ਦੋ ਕੌਮਾਂ ਦੇ ਫਿਰਕੂ ਸਿਧਾਂਤ ਦੇ ਆਧਾਰ 'ਤੇ ਹੋਈ, ਉਹਦੇ ਕੀ ਨਤੀਜੇ ਨਿਕਲੇ ਤੁਹਾਨੂੰ ਪਤਾ, ਅੱਜ ਵੀ ਕਿਤਾਬਾਂ ਲਿਖੀਆਂ ਜਾ ਰਹੀਆਂ ਨੇ, ਵੰਡਿਆ ਕੱਟਿਆ ਵੱਢਿਆ ਲਹੂ ਲਹਾਣ ਪੰਜਾਬ। ਉਸ ਤੋਂ ਬਾਅਦ ਇੱਕ ਨਵੀਂ ਹਾਲਤ 'ਚ ਆ ਗਏ ਅਸੀਂ। ਹੁਣ ਇਹ ਜਿਹੜੀ ਨਵੀਂ ਹਾਲਤ ਆ, ਕਿਉਂਕਿ ਜਿੱਥੇ ਵੀ ਮਰਜ਼ੀ ਜਾਓ ਮਨੁੱਖ ਦੀ ਇਹੀ ਸਿਫਤ ਆ ਨਾ ਜੀ, ਪਸ਼ੂ ਅਤੇ ਮਨੁੱਖ 'ਚ ਇਹ ਫਰਕ ਆ, ਪਸ਼ੂ ਜੋ ਵੀ ਹਾਲਤ ਹੋਵੇ ਉਹਦੇ ਅਨੁਸਾਰ ਢਲ ਜਾਂਦਾ, ਮਨੁੱਖ ਆ ਜਿਹੜਾ ਉਹਦੇ ਕੋਲ ਬੁੱਧੀ ਆ, ਉਹ ਹਾਲਾਤ ਨੂੰ ਮਨੁੱਖਤਾ ਦੇ ਆਪਦੇ ਭਲੇ ਲਈ ਵਰਤਣ ਲਈ ਯਤਨਸ਼ੀਲ ਰਹਿੰਦਾ। ਉਸ ਤੋਂ ਬਾਅਦ ਅਸੀਂ ਭਾਰਤ ਦੇ ਵਿੱਚ ਆ, ਜਿਹਨੂੰ ਭਾਰਤ ਕਿਹਾ ਜਾਂਦਾ, ਜਿਹਦਾ ਇੱਕ ਸੰਵਿਧਾਨ ਆ। ਇਹ ਤਾਂ ਅਸੀਂ ਵਾਰ ਵਾਰ ਕਿਹਾ ਵੀ ਆਹ ਵਾਅਦੇ ਕੀਤੇ ਸੀ ਸਾਡੇ ਨਾਲ ਪੂਰੇ ਨਹੀਂ ਕੀਤੇ, ਪਰ ਜਿਹੜੇ ਸਿਸਟਮ ਦੇ ਵਿੱਚ ਸਾਨੂੰ ਫਿੱਟ ਕੀਤਾ, ਸਾਨੂੰ ਉਹ ਸਿਸਟਮ ਨੂੰ, ਉਹ ਸੰਵਿਧਾਨ ਨੂੰ ਵੀ ਸਮਝਣ ਦੀ ਲੋੜ ਆ, ਤਾਂ ਕਿ ਉਹਦੇ ਵਿੱਚ ਰਹਿੰਦੇ ਹਾਂ ਅਸੀਂ ਆਪਣੇ ਅੰਤਮ ਨਿਸ਼ਾਨਿਆਂ ਲਈ ਕਿਵੇਂ ਲੜ ਸਕਦੇ ਹਾਂ, ਫੌਰੀ ਨਿਸ਼ਾਨਿਆਂ ਲਈ ਕਿਵੇਂ ਲੜ ਸਕਦੇ ਹਾਂ। ਉਹਦੇ ਲਈ ਇੱਕ ਭਾਰਤੀ ਸੰਵਿਧਾਨ ਆ ਜਿਹਦੇ ਵਿੱਚ ਪਹਿਲੀ ਗੱਲ ਕੀ ਆ, ਇੰਡੀਆ ਇਜ਼ ਏ ਯੂਨੀਅਨ ਆਫ ਸਟੇਟਸ, ਭਾਰਤ ਰਾਜਾਂ ਦਾ ਸੰਘ ਆ। ਭਾਰਤ ਨੇ ਰਾਜ ਨਹੀਂ ਬਣਾਏ, ਰਾਜਾਂ ਨੇ ਮਿਲ ਕੇ ਮੁਲਕ ਬਣਾਇਆ। ਇਹਦੀ ਸਾਨੂੰ ਸੋਝੀ ਹੋਣੀ ਚਾਹੀਦੀ ਆ, ਸਾਨੂੰ ਇਹ ਪਤਾ ਹੋਣਾ ਚਾਹੀਦਾ ਇਹਦੇ ਸਿਆਸੀ ਅਰਥ ਕੀ ਨੇ, ਸਾਨੂੰ ਉਹਦੀ ਵੀ ਸਮਝ ਹੋਣੀ ਚਾਹੀਦੀ ਆ। ਜੇ ਅਸੀਂ ਇੱਕ ਨੁਕਤੇ 'ਤੇ ਚੱਲਾਂਗੇ ਨਾ ਜੀ, ਸਿੱਖ ਖਾਲਸਾ ਪੰਥ, ਸਿੱਖ ਕੌਮ, ਵਾਅਦੇ ਸਾਡੇ ਨਾਲ ਐਂ ਹੋ ਰਹੀ ਆ, ਸਾਡੇ ਨਾਲ ਐਂ ਹੋ ਰਹੀ ਹੈ। ਇਹਦੇ ਵਿੱਚੋਂ ਇੱਕ ਸਭ ਤੋਂ ਵੱਡੀ ਗੱਲ ਇਹ ਆ ਵੀ ਉਹ ਸੰਵਿਧਾਨ ਜਦੋਂ ਸਾਰਿਆਂ ਨੂੰ ਪੜੋਸ ਕੇ ਇਕੱਠੇ ਰੱਖਣਾ ਸੀ, ਅਤੇ ਅੱਜ ਦਾ ਸੰਵਿਧਾਨ ਉਹਦਾ ਕੀ ਬਣ ਗਿਆ, ਇਹ ਵੀ ਸਾਨੂੰ ਸਮਝਣਾ ਚਾਹੀਦਾ।
ਇਹਦੇ ਵਿੱਚ ਕਿਹਾ ਗਿਆ ਤਾਕਤਾਂ ਦਾ ਕੇਂਦਰੀਕਰਨ। ਤਾਕਤਾਂ ਦਾ ਕੇਂਦਰੀਕਰਨ ਇਕੱਲੇ ਪੰਜਾਬ ਨਾਲ ਨਹੀਂ ਹੋਇਆ, ਸਾਰੇ ਸੂਬੇ ਮਿਊਨਸਪੈਲਿਟੀ ਬਣਾਏ ਹੋਏ ਨੇ। ਦੇਖ ਲਓ ਆਹ ਕੇਰਲਾ ਵਾਲੇ ਆ ਕੇ ਜੰਤਰ ਮੰਤਰ 'ਚ ਧਰਨੇ ਦੇ ਰਹੇ ਨੇ ਨਾ ਜੀ, ਉਹੀ ਸੂਬੇ ਕਹਿ ਰਹੇ ਨੇ ਤੁਹਾਡੀ ਸਿੱਖਿਆ ਨੀਤੀ ਸਾਨੂੰ ਪ੍ਰਵਾਨ ਨਹੀਂ, ਇਹਨੇ ਸਾਡਾ ਸੱਭਿਆਚਾਰ ਖੋਹ ਲੈਣਾ, ਸਾਡੀ ਬੋਲੀ ਖੋਹ ਲੈਣੀ ਆ, ਸਾਡਾ ਇਤਿਹਾਸ ਖੋਹ ਲੈਣਾ। ਪਰ ਪੰਜਾਬ 'ਚੋਂ ਕੋਈ ਨਹੀਂ ਆਵਾਜ਼ ਉੱਠੀ ਇਹੀ ਜੀ ਹਾਲੇ ਤੱਕ। ਜਿਹੜਾ ਪੰਜਾਬ ਆਪਾਂ ਇਹ ਕਹਿੰਦੇ ਹਾਂ ਫੈਡਰਲਿਜ਼ਮ ਲਈ ਲੜਨ ਲਈ ਮੋਹਰੀ ਸੀ, ਤਿੰਨ ਲਿਸਟਾਂ ਸੀ, ਇੱਕ ਰਾਜਾਂ ਦੇ ਅਧਿਕਾਰ ਸੀ, ਇੱਕ ਸਾਂਝੀ ਸੂਚੀ ਸੀ। ਜੇ ਕੇਂਦਰ ਨੇ ਕਾਨੂੰਨ ਨਹੀਂ ਬਣਾਇਆ ਤਾਂ ਰਾਜ ਬਣਾ ਸਕਦੇ ਨੇ, ਪਰ ਜੇ ਦੋਹਾਂ ਨੇ ਬਣਾ ਲਿਆ ਤਾਂ ਕੇਂਦਰ ਵਾਲਾ ਮੰਨਿਆ ਜਾਊ। ਇੱਕ ਕੇਂਦਰੀ ਸੂਚੀ ਸੀ, ਅੱਜ ਰਾਜਾਂ ਵਾਲੀ ਸੂਚੀ ਕਿਤੇ ਦਿਖਾਈ ਦਿੰਦੀ ਹੈ ਵੈਸੇ ਕਿਸੇ ਵੀ ਮਾਮਲੇ 'ਚ? ਉਹ ਸਾਰੇ ਮੁਲਕ ਤੋਂ ਅਧਿਕਾਰ ਖੋਹੇ ਨੇ। ਇਸ ਕਰਕੇ ਉਸ ਪ੍ਰਸੰਗ 'ਚ ਜਦੋਂ ਅਸੀਂ ਗੱਲ ਕਰਨੀ ਆ ਉਹਦੇ ਵਿੱਚੇ ਫੈਡਰਲ ਢਾਂਚੇ ਦੀ ਗੱਲ ਆਊ, ਨਹੀਂ ਕੀ ਹੁੰਦਾ ਅਲੱਗ ਅਲੱਗ ਕੋਈ ਨਹੀਂ ਯਾਰ ਫੈਡਰਲ ਢਾਂਚੇ ਦੀ ਗੱਲ ਕਰਦਾ। ਪੰਜਾਬ ਵਾਲਿਆਂ ਦੀ ਪਤਾ ਨਹੀਂ ਕਿਹੜੀ ਪੂਛ ਨੂੰ ਅੱਗ ਲੱਗੀ ਆ ਵੀ ਸਾਡੇ ਨਾਲ ਐਂ ਕਰਤਾ, ਸਾਡੇ ਨਾਲ ਐਂ ਕਰਤਾ, ਸਾਡੇ ਨਾਲ ਐਂ ਕਰਤਾ। ਬਾਕੀ ਨਾਲ ਵੀ ਹੋਇਆ, ਅੱਜ ਦੱਖਣੀ ਰਾਜਾਂ 'ਚੋਂ ਉਹੀ ਦੀ ਆਵਾਜ਼ ਉੱਠ ਰਹੀ ਹੈ ਜਿਹੜੀ ਲਈ ਅਸੀਂ ਸੰਘਰਸ਼ ਲੜੇ ਆ। ਸੋ ਇਹ ਪ੍ਰਸੰਗ ਜਦੋਂ ਤੁਸੀਂ ਦੱਸਦੇ ਹੋ ਨਾ ਜੀ, ਫਿਰ ਤੁਹਾਡਾ ਇੱਕ ਨਜ਼ਰੀਆ ਵਿਸ਼ਾਲ ਹੁੰਦਾ, ਉਹਦੇ ਵਿੱਚ ਫਿਰ ਜਿਹੜੀ ਆ ਸਾਡੀ ਲੜਾਈ ਆ ਜਿਹੜੀ ਤੁਸੀਂ ਸਾਰੀ ਇਹਦੇ ਵਿੱਚ ਦਰਜ ਕੀਤੀ ਆ, ਉਹ ਫਿਰ ਹੋਰ ਵੱਧ ਅਸਰਦਾਰ ਬਣਦੀ ਆ। ਇੱਕ ਦੂਜਾ ਨੁਕਤਾ ਜਿਹਦੇ ਬਾਰੇ ਤੁਸੀਂ ਮਤਲਬ ਭੱਜ ਕੇ ਪਾਓਗੇ ਮੈਨੂੰ ਪਤਾ ਪਹਿਲੀ, ਕਿਉਂਕਿ ਅਸੀਂ ਸਮਝਣ ਸਮਝਾਉਣ ਅਤੇ ਸੰਵਾਦ ਰਚਾਉਣ ਦਾ ਰਾਹ ਬੰਦ ਕੀਤਾ ਹੋਇਆ। ਕਾਮਰੇਡਾਂ ਬਾਰੇ ਕਿਹਾ ਜਾਂਦਾ ਸੀ ਨਾ ਵੀ ਬੜੇ ਸਭ ਤੋਂ ਵੱਧ ਜ਼ਿਆਦਾ ਬਹਿਸ ਕਰਦੇ ਨੇ ਅਤੇ ਸਭ ਤੋਂ ਵੱਧ ਮੁੱਠੀਬੰਦ, ਅੱਜ ਉਹਨਾਂ ਦੀ ਉਹਨਾਂ ਨੂੰ ਕੁਛ ਨਹੀਂ ਪਤਾ ਲੱਗ ਰਿਹਾ ਵੀ ਮੁਲਕ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ। ਇਸ ਹਾਲਤ 'ਚ ਭਚੀੜੇ ਗਏ ਅਤੇ ਇਹੀ ਹਾਲਤ ਬਾਕੀ ਸਾਰੇ ਥਾਵਾਂ 'ਤੇ ਹੈਗੀ ਆ। ਸਵਾਲ ਇਹ ਆ, ਅਸੀਂ ਕਹਿੰਦੇ ਹਾਂ ਸਰਕਾਰ ਏ ਖਾਲਸਾ, ਰਣਜੀਤ ਸਿੰਘ ਦਾ ਰਾਜ ਮਹਾਰਾਜੇ ਦਾ, ਉਹਨਾਂ ਵੇਲਿਆਂ 'ਚ ਜਿੱਥੇ ਸ਼ਾਇਦ 60% ਦੇ ਨੇੜੇ ਮੁਸਲਮਾਨ ਵਸੋ ਸੀ, 18-20 ਹਿੰਦੂ, 11-13 ਕੁ ਆਪਣੇ ਸਿੱਖ ਸੀ, ਅਤੇ ਉਹ ਰਾਜ ਦਾ ਅੱਜ ਜਦੋਂ ਨਿਰਣਾ ਕੀਤਾ ਜਾਂਦਾ ਉਹਨਾਂ ਵੇਲਿਆਂ ਦੇ ਪ੍ਰਸੰਗ 'ਚ, ਅੱਜ ਤਾਂ ਬਹੁਤ ਸਾਰੇ ਖੱਬੀ ਖਾਨ ਮੈਂ ਦੇਖੇ ਨੇ, ਖੱਬੇ ਪੱਖੀ ਵੀ ਹੋਰ ਨੇ, ਉਹ ਰਾਜੇ ਵੇਲੇ ਐਂ ਹੁੰਦਾ ਸੀ, ਉਹਦੇ ਵੇਲੇ ਐਂ ਹੁੰਦਾ ਸੀ, ਕਰ ਲਓ ਉਹਦੀ ਬਹੁਤ ਆਲੋਚਨਾ। ਸਿੱਖ ਅਸੂਲਾਂ ਅਨੁਸਾਰ ਵੀ ਕੁਝ ਆਲੋਚਨਾ ਰਾਜਾਂ ਦੀ ਹਮੇਸ਼ਾ ਹੁੰਦੀ ਆ, ਹੋ ਸਕਦੀ ਆ। ਦੁਨੀਆ ਦਾ ਸਭ ਤੋਂ 5 ਰਾਜਾਂ 'ਚੋਂ ਵਧੀਆ ਰਾਜ ਗਿਣਿਆ ਜਾਂਦਾ, ਕਿਉਂ? ਕਿਉਂਕਿ ਉਦੋਂ ਜਿਹੜਾ ਸਿੱਖ ਫਲਸਫਾ ਸੀ ਉਹਦਾ ਇੱਕ ਆਧਾਰ ਤਿਆਰ ਹੋਇਆ ਹੋਇਆ ਸੀ, ਲਗਾਤਾਰ ਲੜਾਈਆਂ ਲੜੀਆਂ ਹੋਈਆਂ ਸੀ, ਲੋਕਾਂ ਦੇ ਮਨ 'ਚ ਰਮਿਆ ਹੋਇਆ ਸੀ ਵੀ ਯਾਰ ਸਿੱਖ ਕੀ ਹੁੰਦਾ, ਉਹਦਾ ਫਰਜ਼ ਕੀ ਹੁੰਦਾ, ਦੂਜਿਆਂ ਪ੍ਰਤੀ ਉਹਦੀ ਕੀ ਪਹੁੰਚਾ, ਗਰੀਬਾਂ ਪ੍ਰਤੀ ਕੀ ਪ੍ਰਤੀ ਕੀ ਆ, ਅਮੀਰਾਂ ਪ੍ਰਤੀ ਕੀ ਆ। ਉਦੋਂ ਉਹਨਾਂ ਦੇ ਮਨਾਂ 'ਚ ਇਹ ਗੱਲਾਂ ਵਸੀਆਂ ਹੋਈਆਂ ਸੀ ਵੀ ਪਾਪਾਂ ਵਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ। ਹੁਣ ਤਾਂ ਅਗਲੇ ਕਹਿੰਦੇ ਨੇ ਕਾਨੂੰਨ ਅਨੁਸਾਰ ਬਣਾਇਆ, ਜੇ ਬੱਸਾਂ ਖਰੀਦੀਆਂ ਕਾਨੂੰਨ ਅਨੁਸਾਰ ਖਰੀਦੀਆਂ ਨੇ, ਸੁੱਖ ਬਿਲਾਸ ਕਾਨੂੰਨ ਅਨੁਸਾਰ ਬਣਿਆ, ਆਹ ਜਿਹੜਾ ਫਲਾਨਾ ਇੱਕ ਹੋਰ ਫਾਰਮ ਬਣਿਆ ਕਾਨੂੰਨ ਅਨੁਸਾਰ ਬਣਿਆ, ਪਰ ਕੀ ਇਹ ਕਾਨੂੰਨ ਸਿੱਖ ਫਲਸਫੇ ਦੇ ਅਨੁਸਾਰ ਹੀ ਬਣਾਏ ਗਏ ਨੇ? ਅਸੀਂ ਸਿੱਖ ਫਲਸਫੇ ਦੇ ਅਨੁਸਾਰ ਸਾਡੇ ਕਿਰਦਾਰ ਵਿਹਾਰ ਅਤੇ ਅਮਲ ਨੂੰ ਜਾਇਜ਼ ਠਹਿਰਾਉਣ ਦੀ ਥਾਂ ਫਿਰ ਕਾਨੂੰਨ ਦਾ ਸਹਾਰਾ ਲੈਣ ਲੱਗ ਜਾਂਦੇ ਹਾਂ। ਇੱਥੇ ਸਵਾਲ ਇਹ ਆ ਵੀ ਸਿੱਖ ਕੌਮ ਦਾ ਸੰਕਲਪ ਕਦੋਂ ਆਇਆ? ਮੈਂ ਇਤਿਹਾਸਕਾਰ ਬੈਠੇ ਨੇ ਢਿੱਲੋਂ ਸਾਹਿਬ,
ਮੈਨੂੰ ਜਿੰਨੀ ਕੁ ਜਾਣਕਾਰੀ ਆ ਵੀ ਖਾਲਸਾ ਪੰਥ ਸੀ, ਹੁਣ ਇਹਦੇ ਵਿੱਚ ਵੀ ਲਿਖਿਆ ਹੋਇਆ ਪਹਿਲੀ ਹਮ ਅਕਾਲੀ ਸਭ ਕੇ ਬਾਲੀ, ਹਮਾਰਾ ਪੰਥ ਨਿਆਰਾ ਹੈ। ਸੋ ਮੈਨੂੰ ਇਹ ਲੱਗਦਾ ਅੰਗਰੇਜ਼ਾਂ ਨੇ ਜਿੰਨਾ ਤੋੜਿਆ ਮਰੋੜਿਆ ਪੰਜਾਬ ਨਾ ਜੀ, ਜਦੋਂ ਹਿੰਦੂ ਕੌਮ ਅਤੇ ਮੁਸਲਮਾਨ ਕੌਮ ਦਾ ਨਾਰਾ ਸਾਹਮਣੇ ਆ ਗਿਆ, ਨਾ ਤਾਂ ਹਿੰਦੂ ਕੌਮ ਆ ਨਾ ਮੁਸਲਮਾਨ ਕੌਮ ਆ। ਪੰਜਾਬ ਦੇ ਹਿੰਦੂ ਦਾ ਤਾਮਿਲ ਦੇ ਹਿੰਦੂ ਨਾਲ ਕੀ ਸਾਂਝ ਆ ਜੀ, ਬੰਗਾਲ ਦੇ ਹਿੰਦੂ ਨਾਲ ਕੀ ਸਾਂਝ ਆ। ਇੱਕ ਇਤਿਹਾਸ ਮਿਥਿਹਾਸ ਸਿਰਜਿਆ ਜਾ ਰਿਹਾ, ਜਿਹਨੂੰ ਆਪਾਂ ਮੁਸਲਿਮ ਕੌਮ ਕਹਿੰਦੇ ਹਾਂ ਉੱਥੇ ਵੀ ਦੇਖ ਲਓ ਅੱਡ ਹੋਣ ਨੂੰ ਫਿਰਦੇ ਨੇ, ਬਲੋਚਿਸਤਾਨ ਸਿੰਧ ਹੋਰ ਤਰ੍ਹਾਂ ਬੋਲਦਾ। ਜਿਹਨੂੰ ਆਹ ਕਹਿੰਦੇ ਹਾਂ ਆਪਾਂ ਹਿੰਦੂ, ਉਹਦੇ ਵਿੱਚ ਕੀ ਹੋ ਰਿਹਾ? ਕਿਉਂਕਿ ਜਦੋਂ ਤੁਸੀਂ ਇੱਕ ਧਰਮ ਦੇ ਤੌਰ 'ਤੇ ਸੋਚਦੇ ਹੋ, ਖਾਲਸਾ ਪੰਥ ਦੇ ਤੌਰ 'ਤੇ ਸੋਚਦੇ ਹੋ, ਸਿੱਖੀ ਦੇ ਤੌਰ 'ਤੇ ਸੋਚਦੇ ਹੋ, ਤਾਂ ਅੱਜ ਦੀ ਹਾਲਤ 'ਚ ਅਸੀਂ ਇੱਕ ਧਾਰਮਿਕ ਘੱਟ ਗਿਣਤੀ ਬਣਦੇ ਹਾਂ ਸਿੱਖ, ਪਰ ਇੱਕ ਸੂਬੇ 'ਚ ਸਾਡੀ ਬਹੁ ਗਿਣਤੀ ਆ, ਇਹੀ ਜੰਮੂ ਕਸ਼ਮੀਰ ਆ। ਧਰਮ ਦੇ ਤੌਰ 'ਤੇ ਉਹ ਘੱਟ ਗਿਣਤੀ ਨੇ, ਇੱਕ ਸੂਬੇ 'ਚ ਬਹੁ ਗਿਣਤੀ ਨੇ, ਅਤੇ ਦੋਹਾਂ ਸੂਬਿਆਂ 'ਤੇ ਸਭ ਤੋਂ ਕਹਿਰੀ ਅੱਖ ਆ। ਇੱਕ ਤਾਂ ਮਰੋੜਤਾ, ਦੂਜੇ ਨੂੰ ਮਰੋੜਨ ਦੀ ਤਿਆਰੀ ਆ, ਉਹਨਾਂ ਨੂੰ ਆਪ ਕੁਛ ਕਰਨ ਦੀ ਲੋੜ ਹੀ ਨਹੀਂ, ਉਹਨਾਂ ਵਾਲਾ ਕੰਮ ਅਸੀਂ ਆਪ ਹੀ ਕਰੀ ਜਾਂਦੇ ਹਾਂ ਸਾਰੇ ਪਾਸਿਆਂ ਤੋਂ। ਕਿਉਂਕਿ ਜਦੋਂ ਤੁਸੀਂ ਕੌਮ ਦੀ ਗੱਲ ਲੈ ਕੇ ਆਉਂਦੇ ਹੋ, ਫਿਰ ਅਗਲਾ ਕਹਿੰਦਾ ਜੇ ਹਿੰਦੂਆਂ ਨੇ ਹਿੰਦੁਸਤਾਨ ਬਣਾ ਲਿਆ, ਮੁਸਲਮਾਨਾਂ ਨੇ ਪਾਕਿਸਤਾਨ ਬਣਾ ਲਿਆ, ਫਿਰ ਸਿੱਖਾਂ ਨੂੰ ਖਾਲਿਸਤਾਨ ਦਾ ਹੱਕ ਕੋਈ ਕਿਉਂ ਨਹੀਂ ਜੀ? ਇਹਦਾ ਜਵਾਬ ਤਾਂ ਕੋਈ ਹੈ ਨਹੀਂ। ਜੇ ਕੌਮ ਆ ਤਾਂ ਕੌਮਾਂ ਨੂੰ ਆਪਾਂ ਨਿਰਣੇ ਦਾ ਹੱਕ ਕਿਉਂ ਨਹੀਂ? ਅਤੇ ਕਮਾਲ ਤੁਸੀਂ ਇਹ ਦੇਖੋ, 1947 ਤੋਂ ਪਹਿਲਾਂ ਜਦੋਂ ਸਿੱਖ ਹੋਮਲੈਂਡ ਦੀ ਗੱਲ ਚੱਲੀ, ਸਿੱਖ ਕੌਮ ਦੀ ਗੱਲ ਚੱਲੀ, ਇਹਦੇ ਲਈ ਸਿਧਾਂਤ ਘੜਿਆ ਕਮਿਊਨਿਸਟ ਪਾਰਟੀ ਦੇ ਆਗੂ ਜੀ ਅਧਿਕਾਰੀ ਨੇ, ਉਸ ਕਮਿਊਨਿਸਟ ਪਾਰਟੀ ਦੇ ਆਗੂ ਨੇ ਜਿਨ੍ਹਾਂ ਦਾ ਰਸ਼ੀਆ 'ਚ ਰਾਜ ਆ ਗਿਆ ਸੀ, ਜਿਨ੍ਹਾਂ ਨੇ ਕਹਿਤਾ ਸੀ ਵੀ ਰਸ਼ੀਆ ਬਹੁ ਕੌਮੀ ਮੁਲਕ ਆ, ਜਿਨ੍ਹਾਂ ਨੇ ਫੈਡਰਲ ਢਾਂਚਾ ਬਣਾ ਲਿਆ ਸੀ, ਬਾਕੀ 100 ਤੋਂ ਵੱਧ ਕੌਮਾਂ ਸ਼ਾਇਦ ਗਿਣਤੀ ਦਾ ਕੋਈ ਫਰਕ ਹੋਵੇ, ਉਹਨਾਂ ਨੂੰ ਇਹ ਵੀ ਹੱਕ ਦੇਤਾ ਸੀ ਵੀ ਨਾਲ ਰਹਿਣਾ ਤੁਹਾਡੀ ਮਰਜ਼ੀ ਆ, ਅੱਡ ਹੋਣਾ ਤੁਹਾਡੀ ਮਰਜ਼ੀ ਆ। 1917 'ਚ ਇਨਕਲਾਬ ਆਇਆ ਸੀ ਅਤੇ 46 'ਚ ਇੱਥੋਂ ਦੇ ਕਮਿਊਨਿਸਟ ਹਿੰਦੂ ਕੌਮ, ਸਿੱਖ ਕੌਮ, ਮੁਸਲਿਮ ਕੌਮ ਦੇ ਹੱਕ 'ਚ ਮਤੇ ਲਿਖ ਕੇ ਦੇ ਰਹੇ ਸੀ। ਜਦੋਂ ਅਸੀਂ ਇੱਕ ਧਾਰਮਿਕ ਘੱਟ ਗਿਣਤੀ ਦੇ ਤੌਰ 'ਤੇ ਦੇਖਦੇ ਹਾਂ, ਤਾਂ ਸਾਨੂੰ ਸਿੱਖਾਂ ਦੀਆਂ ਸਮੱਸਿਆਵਾਂ ਇੱਕ ਹੋਰ ਤਰ੍ਹਾਂ ਦਿਸਦੀਆਂ, ਸਾਡੀ ਵਿਲੱਖਣ ਪਛਾਣ ਆ, ਧਾਰਮਿਕ ਕੀਤੇ ਨੇ, ਕਦਰਾਂ ਕੀਮਤਾਂ ਨੇ, ਉਹਨਾਂ ਨੂੰ ਢਾਹ ਲਾਉਣ ਦੀ ਗੱਲ ਆ। ਜਦੋਂ ਇਹੋ ਜਿਹੇ ਫਿਕਰੇ ਆਉਂਦੇ ਨੇ ਨਾ, ਸਿੱਖੀ ਦੇ ਹਰਿਆਲੇ ਬੂਟੇ 'ਤੇ ਬਾਦਲਵਾਦ ਅਮਰ ਵੇਲ ਬਣ ਕੇ ਛਾਇਆ ਹੋਇਆ, ਜਾਂ ਸਿੱਖੀ ਦੇ ਵਿੱਚ ਉਹੀ ਸਾਰੇ ਕਰਮ ਕਾਂਡ ਜਿਨ੍ਹਾਂ 'ਚੋਂ ਸਾਨੂੰ ਗੁਰੂਆਂ ਨੇ ਕੱਢ ਕੇ ਬਾਹਰ ਸਿੱਟਿਆ ਸੀ, ਅੱਜ ਅਸੀਂ ਮੂਹਰੇ ਹੋ ਕੇ ਛਾਲਾਂ ਮਾਰ ਰਹੇ ਹਾਂ, ਇੱਕ ਹੋਰ ਪ੍ਰਸੰਗ ਬਣਦਾ ਇਹਦਾ। ਵੱਖਰੀ ਪਛਾਣ ਦੇ ਨਾਲ ਇਹ ਧਾਰਾ 25 ਦਾ ਸਵਾਲ ਆਉਂਦਾ, ਪਰ ਇੱਕ ਇਹ ਆ ਵੀ ਪੰਥ ਪੰਜਾਬ ਦਾ ਹਮੇਸ਼ਾ ਹਰਾਵਲ ਦੱਸਦਾ ਰਿਹਾ ਅਤੇ ਹੁਣ ਵੀ ਰਿਹਾ। ਜਦੋਂ ਵੀ ਕੋਈ ਖਿੱਤਾ ਲੜਦਾ, ਉਹਦੇ ਸਾਰੇ ਤਬਕੇ ਇਕਸਾਰ ਕਦੇ ਨਹੀਂ ਲੜਦੇ ਹੁੰਦੇ, ਇੱਕ ਧੁਰਾ ਹੁੰਦਾ, ਕੋਈ ਘੱਟ ਹਮਾਇਤੀ ਹੁੰਦਾ, ਕੋਈ ਵੱਧ ਹਮਾਇਤੀ ਹੁੰਦਾ, ਕੋਈ ਚੁੱਪ ਹੁੰਦਾ, ਅਤੇ ਉਹਨਾਂ ਨੂੰ ਜਿਹੜੀ ਦੁਸ਼ਮਣ ਤਾਕਤਾਂ ਬਰਗਲਾਉਣ ਲਈ ਸਭ ਕੁਛ ਕਰਦੀ ਹੈ। ਤੁਹਾਨੂੰ ਪਤਾ ਜਦੋਂ ਪੰਜਾਬੀ ਸੂਬੇ ਦੀ ਗੱਲ ਸੀ, ਭਾਸ਼ਾ ਦਾ ਕੀ ਬਣਾਤਾ ਸੀ, ਹਿੰਦੀ ਲਿਖਾਤੀ ਸੀ, ਹੁਣ ਕਿਸੇ ਦੇ ਚਿੱਤ ਚਿੱਤ ਹੀ ਨਹੀਂ, ਮਸਲੀ ਹੱਲ ਹੋ ਗਿਆ, ਹੁਣ ਕੋਈ ਹੋਰ ਮਸਲੇ ਆ ਗਏ। ਸੋ ਮੇਰੇ ਕਹਿਣ ਦਾ ਮਤਲਬ, ਸਿੱਖ ਇੱਕ ਧਾਰਮਿਕ ਘੱਟ ਗਿਣਤੀ ਦੇ ਤੌਰ 'ਤੇ, ਖਾਲਸਾ ਪੰਥ ਦੇ ਤੌਰ 'ਤੇ, ਪੰਜਾਬ ਦੇ ਤੌਰ 'ਤੇ ਇੱਕ ਲੜਾਈ ਪੰਜਾਬ ਦੇ ਹੱਕਾਂ ਲਈ, ਫੈਡਰਲ ਹੱਕਾਂ ਲਈ, ਸਰਬੱਤ ਦੇ ਭਲੇ ਲਈ, ਇਹ ਤਾਂ ਗੰਭੀਰਤਾ ਨਾਲ ਸੰਵਾਦ ਹੋਣਾ ਚਾਹੀਦਾ। ਕਿਉਂਕਿ ਇਹਦੇ ਵਿੱਚ ਵੀ ਮੈਂ ਦੇਖਿਆ, ਕਦੇ ਤਾਂ ਗੱਲ ਆਉਂਦੀ ਆ ਵੀ ਅਸੀਂ ਇੱਕ ਅਸਲੀ ਅਕਾਲੀ ਦਲ ਬਣਾ ਕੇ ਖਾਲਸਾ ਪੰਥ ਦੀ ਝੋਲੀ ਪਾਉਣਾ,
ਕਦੇ ਪੰਜਾਬ ਆਉਣ ਲੱਗ ਜਾਂਦਾ, ਕਦੇ ਫਿਰ ਸਾਨੂੰ ਇਹ ਵੀ ਲੱਗਦਾ ਵੀ ਵਾਹਗਾ ਬਾਰਡਰ ਖੁੱਲ੍ਹਣਾ ਚਾਹੀਦਾ। ਪਰ ਦੂਜੇ ਪਾਸੇ ਜਦੋਂ ਇਹ ਸਵਾਲ ਆਉਂਦਾ ਵਾਹਗਾ ਬਾਰਡਰ ਖੋਲ੍ਹੋ, ਦਰਸ਼ਨ ਦਦਾਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਕਿਸੇ ਨੇ ਨਹੀਂ ਵਿਛੋੜਿਆ, ਆਪਾਂ ਆਪੇ ਵਿਛੜੇ ਹਾਂ। ਇਤਿਹਾਸ ਪੜ੍ਹ ਲਓ, ਫੈਸਲਾ ਕੀਤਾ ਸੀ ਵੀ ਅਸੀਂ ਉੱਧਰ ਨਹੀਂ, ਅਸੀਂ ਇੱਧਰ ਜਾਣਾ। ਸੋ ਉਹ ਤੋਂ ਸਬਕ ਸਿੱਖਣ ਦੀ ਲੋੜ ਆ। ਫਿਰ ਪਾਕਿਸਤਾਨ ਨਾਲ ਅਮਨ ਅਤੇ ਸ਼ਾਂਤੀ ਦੀ ਗੱਲ ਕਿਉਂ ਨਹੀਂ ਕਰਦੇ ਜੀ ਅਸੀਂ, ਜਿਹੜੀਆਂ ਰਵਾਇਤੀ ਪਾਰਟੀਆਂ ਨੇ ਆਹ ਹੁਣ ਮਾੜਾ ਜਿਹਾ ਅਕਾਲੀਆਂ ਨੇ ਕਿਹਾ ਵਾਹਗਾ ਬਾਰਡਰ ਖੋਲ੍ਹੋ, ਚੁੱਪੇ ਵੱਟ ਜਾਂਦੇ ਆ। ਕਿਉਂਕਿ ਜਿਹੜੀ ਭਾਰਤ ਦਾ ਜਿਹੜਾ ਰਾਸ਼ਟਰਵਾਦ ਆ ਨਾ, ਉਹ ਇੱਕ ਇਹੋ ਜਿਹੀ ਬੱਚੇ ਖਾਣੀ ਸੱਪਣੀ ਆ, ਅੰਦਰੋਂ ਇੱਕ ਦੁਸ਼ਮਣ ਖੜ੍ਹਾ ਕਰਦਾ ਜਿਹੜਾ ਹੁੰਦਾ ਨਹੀਂ, ਫਿਰ ਉਹਦਾ ਬਾਹਰਲੇ ਦੁਸ਼ਮਣ ਨਾਲ ਲਿੰਕਅਪ ਕਰਦਾ, ਫਿਰ ਉਹਨੂੰ ਮਾਰਦਾ ਕੁਚਲਦਾ, ਕਿਉਂਕਿ ਉਹਨੂੰ ਦੇਸ਼ ਲਈ ਏਕਤਾ ਅਖੰਡਤਾ ਲਈ ਖਤਰਾ ਕਹਿੰਦਾ। ਅਤੇ ਬਾਕੀ ਫਿਰ ਬੱਲੇ ਬੱਲੇ ਹੋਣ ਲੱਗ ਜਾਂਦੇ ਆ ਵੀ ਹਾਂ ਜੀ ਮੁਲਕ ਦੀ ਬਿਹਤਰੀ ਲਈ ਬਹੁਤ ਕੁਛ ਕੀਤਾ। ਸੋ ਟਾਈਮ ਕਾਫੀ ਆ, ਬਹੁਤ ਸੱਜਣਾਂ ਨੇ ਬੋਲਣਾ। ਆਹ ਦੋ ਤਿੰਨ ਨੁਕਤੇ ਆ ਜਿਨ੍ਹਾਂ 'ਤੇ ਗੰਭੀਰਤਾ ਨਾਲ ਸਾਨੂੰ ਵਿਚਾਰ ਕਰਨਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।